ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜਿਹੜਾ ਕੱਲ ਦੇਸ਼ ਦੀ ਸੰਸਦ ਦੇ ਵਿੱਚ ਮੋਦੀ ਸਰਕਾਰ ਦੀ ਖਜ਼ਾਨਾ ਮੰਤਰੀ ਮੈਡਮ ਸੀ타 ਰਮਨ ਜੀ ਨੇ ਬਜਟ ਪੇਸ਼ ਕੀਤਾ ਜਿਹਦੇ ਵਿੱਚ ਇੱਕ ਬਦਲੇ ਦੀ ਭਾਵਨਾ ਤਹਿਤ ਖਾਸ ਕਰਕੇ ਖੇਤੀ ਸੈਕਟਰ ਨੂੰ ਕਿ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਸੀ ਉਹਨੇ ਮੋਦੀ ਸਰਕਾਰ ਨੂੰ ਝਕਾਇਆ ਔਰ ਖੇਤੀ ਕਾਨੂੰਨਾਂ ਤੇ ਹਰਾਇਆ ਇਹ ਬਦਲੇ ਦੀ ਭਾਵਨਾ ਚ ਲਗਭਗ ਖੇਤੀ ਸੈਕਟਰ ਦੀਆਂ ਨੀਆਂ ਸਕੀਮਾਂ ਸੀ ਉਹ ਬਜਟ ਵਿੱਚ ਕਟਾਈਆਂ ਗਈਆਂ ਠੀਕ ਆ ਸਿੱਖਿਆ ਦਾ ਖੇਤਰ ਚੋਂ ਪੈਸੇ ਕਟਾਏ ਗਏ ਸਿਹਤ ਖੇਤਰ ਚੋਂ ਪੈਸੇ ਘਟਾਲੇ ਗਏ ਔਰ ਕਿਸਾਨਾਂ ਮਜ਼ਦੂਰਾਂ ਲਈ ਇਸ ਬਜਟ ਵਿੱਚ ਕੁਝ ਵੀ ਨਹੀਂ ਹੈਗਾ ਜਦ ਕਿ ਕਿਸਾਨ ਮਜ਼ਦੂਰ ਕਰਜ਼ੇ ਕਰਕੇ ਖੁਦਕੁਸ਼ੀਆਂ ਕਰ ਰਹੇ ਆ ਸਾਨੂੰ ਇਹ ਕਿੱਤਾ ਚਲਾਉਣਾ ਬਹੁਤ ਔਖਾ ਹੋ ਰਿਹਾ ਵਾ ਇਸ ਕਰਕੇ ਉਹ ਬਜਟ ਦੀਆਂ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਪੂਰੇ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਖਜ਼ਾਨਾ ਮੰਤਰੀ ਕੇਂਦਰ ਦੀ ਤੇ ਮੋਦੀ ਜੀ ਹੁਣਾ ਦੇ ਅਰਥੀ ਫੂਕ ਮਜਾਰੇ ਸਾਰੇ ਜ਼ਿਲ੍ਹਿਆਂ ਵਿੱਚ ਕੀਤੇ ਜਾਣਗੇ 10 ਵਜੇ ਅਸੀਂ ਗੋਲਡਨ ਗੇਟ ਅੰਮ੍ਰਿਤਸਰ ਇਸੇ ਤਰ੍ਹਾਂ 10 ਵਜੇ ਤੋਂ ਬਾਅਦ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਅਰਥੀ ਫੂਕ ਮਜਾਰੇ ਹੋਣਗੇ ਜਿਹੜਾ ਕੱਲ ਬਜਟ ਪੇਸ਼ ਕੀਤਾ ਗਿਆ ਖੇਤੀ ਸੈਕਟਰ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿੱਚ ਔਰ ਗਾਹਾਂ ਜਿਹੜਾ ਵਾ ਖੇਤੀ ਸੈਕਟਰ ਲਈ ਸਰਕਾਰ ਜਿਹੜਾ ਵਾ ਤੁਰੰਤ ਸੋਚ ਵਿਚਾਰ ਕਰਕੇ ਖੇਤੀ ਸੈਕਟਰ ਨੂੰ ਜਿਹੜਾ ਮੁਨਾਫੇ ਵਿੱਚ ਲਿਆਉਣ ਲਈ ਜਿਹੜਾ ਕਹਿੰਦੇ ਸੀ ਅਮਰਨ ਦੁਗਣੀ ਕਰਨੀਆਂ ਉਹਦਾ ਖਿਆਲ ਕਰੇ ਜਦ ਕਿ ਅਸੀਂ ਦੇਖ ਰਹੇ ਹਾਂ ਵੀ ਕਾਰਪੋਰੇਟ ਖੇਤਰ ਲਈ ਪਹਿਲਾਂ ਵੀ ਜਿਹੜਾ ਵਾ ਕਰਜ਼ੇ ਮਾਫ ਹੋਏ ਸੀ ਅੱਗੇ ਵੀ ਉਹਨਾਂ ਨੇ ਕਰਨੇ ਆ ਸੋ ਕਿਸਾਨਾਂ ਬਾਰੇ ਸੋਚਿਆ ਨਹੀਂ ਇਸ ਕਰਕੇ ਅੱਜ ਦਾ ਵਿਰੋਧ ਪ੍ਰਦਰਸ਼ਨ ਹੋਊਗਾ